अस्सलामुअलैकुम बाबा जी। वालेकुम अस्सलाम बाबा जी, की हाल है? अल्लाह का शुक्र है, अल्लाह का बड़ा एहसान है, अल्हम्दुलिल्लाह। सेहत भी ठीक है? सेहत मेरी बड़ी ठीक है, अल्लाह की रहमत है, शुक्र अल्लाह का। अमना चैन नाम सुन आराम। वो फिर सानू बाबिया ने ना अठ सत बंदे आ, वो बाबे जेडे सत आए साडे नाल, बेचारे दम मार मुंडे, वो तो वो जो पड़ता था वो टांगे पांच कराए करा के सानू उत्थे छड़ के आए जो। हाँ, ओदा मुंडा भी आ गया उत्थे, कहिंदा हुण बाबा तुसीं बापू चले जाओ। अच्छा, ते असीं हुण मैं जिम्मेवार आ, मैं इहनूं चढ़ा दूंगा। ते उत्थे जनाब असीं तकरीबन 2 घंटे रहे आ, गड्डी आ गई। ਜਦੋਂ ਮਿਲੇ ਹਾਂ, ਜਦੋਂ ਸਿੱਖ ਮੁੜੇ ਨਾ ਤੇ ਸਾਡਾ ਬਾਬਿਆਂ ਨੂੰ, ਸਾਡੇ ਬਾਬਿਆਂ ਨੂੰ ਚੱਫੀਆਂ ਪਾ ਮਿਲ, ਸਾਨੂੰ ਪਿਆਰ ਦਿੱਤੇ। ਬੜੇ ਰੋਂਦੇ ਸੀ, ਕਹਿੰਦੇ ਸੀ ਮਿਸਤਰੀ ਆਪਾਂ ਭਰਾ ਸੀ, ਆਪਾਂ ਰਲ ਕੇ ਜੰਮੇ ਸੀ, ਅੱਜ ਵਿਛੜ ਗਿਆ। ਅੱਛਾ, ਵਿੱਚ ਬੜੇ ਰੋਂਦੇ ਸੀ ਉਹ। ਤੇ ਮਗਰੋਂ ਫਿਰ ਸਾਨੂੰ ਉਹਨਾਂ ਦੀਆਂ ਖਤ ਖੁਤ ਚਿੱਠੀਆਂ ਚੁੱਠੀਆਂ ਵੀ ਆਉਂਦੀਆਂ ਰਹੀਆਂ। ਇੱਕ ਨੇ ਮੱਝ ਰੱਖੀ ਸਾਡੀ, ਮੱਝਾਂ ਤਾਂ ਸਾਡੇ ਕੋਲ ਬਹੁਤ ਸੀ, ਉਹਦੇ ਘਰੇ ਸੂਬੀ ਮੱਝ। ਅੱਛਾ, ਉਹਨੇ ਫਿਰ ਕਿਸੇ ਨੂੰ ਦਿੱਤੀ ਨਹੀਂ, ਉਹਨੇ ਫਿਰ ਸਾਨੂੰ 300 ਰੁਪਇਆ ਭੇਜਿਆ। ਉਹ ਬੰਦਾ ਸਾਡੇ ਸਾਰੇ ਹੀ ਬੰਦੇ ਚੰਗੇ ਰਹੇ ਜਿਹੜੇ। ਇਹ ਚਿੱਠੀਆਂ ਹੁੰਦੀਆਂ, ਚਿੱਠੀਆਂ ਵਿੱਚ ਕੀ ਲਿਖਿਆ ਸੀਗਾ ਉਹ ਪੁਰਾਣੇ ਬਾਬਿਆਂ ਨੇ ਸਾਡੇ ਬਾਬਿਆਂ ਵਾਸਤੇ? ਚਿੱਠੀਆਂ ਤੇ, ਹਾਂਜੀ, ਚਿੱਠੀਆਂ ਤੇ ਖੈਰ ਸੁੱਖ ਲਿਖ ਦਿੰਦੇ ਸੀ ਬਸ। ਕਿੰਨੀ ਕੁ ਦੇਰ ਇਹ ਮਤਲਬ ਗੱਲਾਂ ਚੱਲਦੀਆਂ? 10-12 ਸਾਲ ਚੱਲਦੀਆਂ ਰਹੀਆਂ, ਮੁੜ ਕੇ ਹਟ ਗਈ। ਮੁੜ ਕੇ ਹਟ ਗਈ, ਹਟ ਗਈ। ਉਹ ਮਰਦੇ ਬਾਬੇ ਮਰਦੇ ਗਏ, ਗੱਲਾਂ ਹਟਦੀਆਂ ਗਈਆਂ। ਜਿੰਨਾ ਚਿਰ ਬਾਬੇ ਜਿਹੜੇ ਪੁਰਾਣੇ ਜੀਂਦੇ ਰਹੇ ਨਾ, ਸਾਡੇ ਬਾਬੇ ਵੀ, ਉਹ ਬਾਬੇ ਵੀ, ਅੱਛਾ, ਉਹਨਾਂ ਚਿਰ ਖਤ ਪੱਤਰ ਮਾੜੇ ਚੰਗੇ ਆਉਂਦੇ ਰਹੇ, ਜਿਵੇਂ ਜਿਵੇਂ ਮਰਦੇ ਗਏ ਉਵੇਂ ਬੰਦ ਹੁੰਦੇ ਰਹੇ, ਖਤਮ ਹੋ ਗਏ, ਫਿਰ ਖਤਮ ਹੋ ਗਏ। ਫਿਰ 15 ਸਾਲ ਪਿੱਛੋਂ ਸਾਡਾ ਚਾਚਾ ਸੀ ਇੱਕ, ਉੱਧਰ ਉਹ ਆਇਆ ਨਾਲ, ਸਾਡੀ ਚਾਚੀ ਆਈ। ਅੱਛਾ, ਉਹ ਮਹੀਨਾ ਰਹਿ ਕੇ ਗਿਆ ਸਾਡੇ ਕੋਲ, ਮਹੀਨਾ। ਉਹਨੇ ਕੋਈ ਸਾਰੇ ਪੁਰਾਣਿਆਂ ਬੰਦਿਆਂ ਦੀਆਂ ਗੱਲਾਂ ਦੱਸੀਆਂ। ਅੱਛਾ, ਇੱਕ ਸਾਡੇ ਗੁਆਂਢ ਸੀ, ਤਾਂ ਸਾਡਾ ਇੱਕ ਬੜਾ ਯਾਰ ਸੀ, ਉਹ ਸੀਗਾ ਸਾਧ ਬਰਮਾ, ਸਾਧ ਬਰਮਾ, ਦੌਲਤੀ ਸਾਧ ਉਹਨਾਂ ਦਾ ਚਾਚਾ ਸੀ, ਤੇ ਪਰਸਾ ਸਾਧ ਉਹਦਾ ਪਿਓ ਸੀ ਬਰਮੇ ਸਾਧ ਦਾ। ਉਹਦੀ ਵੀ ਗੱਲ ਸੁਣਾਈ ਸਾਨੂੰ, ਕਹਿੰਦੇ ਹੈਗਾ ਤੇ ਜਿਹੜਾ ਦਰਸ਼ਨ ਸਾਧ ਸੀ ਉਹਨੂੰ ਕਹਿੰਦਾ ਮਾਰਤਾ ਸੀ, ਲੜ ਪਏ ਸੀਗੇ ਸਿੱਖ। ਦਰਸ਼ਨ ਦਾ ਪਿਓ ਸੀ ਪ੍ਰੇਮ, ਪ੍ਰੇਮ ਸਿੰਘ, ਉਹ ਜਿਉਂਦਾ ਸੀਗਾ, ਉਹ ਦੌਲਤੀ ਦਾ ਪੁੱਤ ਸੀ, ਉਹ ਸਾਡੇ ਗੁਆਂਢ ਰਹਿੰਦਾ ਸੀਗਾ। ਤੇ ਹੁਣ ਇੰਨੀਆਂ ਗੱਲਾਂ ਮੈਂ ਜਿਹੜੀਆਂ ਕੀਤੀਆਂ, ਬਾਬਾ ਪੁਰਾਣਾ ਹੋਊਗਾ ਤੇ ਉਹ ਤੁਹਾਨੂੰ ਦੱਸੂਗਾ। ਹੁਣ ਆ ਜਿਹੜੇ ਮੁੰਡੇ ਆ 20-30 ਸਾਲ ਦੇ, ਇਹਨਾਂ ਨੂੰ ਕੀ ਪਤਾ? ਇੱਦਾਂ ਹੀ ਆਪਾਂ ਇੱਥੇ ਲੱਥਦੀਆਂ ਪਤਾ, ਹੁਣ ਪੁਰਾਣੀ ਲੋਕ ਦੇਖੂਗੇ ਤਾਂ ਪਤਾ ਚੱਲੂਗਾ ਪੁਰਾਣੀਆਂ। ਤੇ ਜਾਂ ਫਿਰ ਉਹ ਜਿਹੜੇ ਉਹ ਵਲੀ ਆ ਦੋ, ਤੇ ਜਾਨ ਜਾਨ ਦੇ ਮੁੰਡੇ ਆ, ਵਲੀ ਦੇ ਮੁੰਡੇ ਆ, ਮੇਘੇ ਹੋਰੀ, ਮੇਹਰ ਹੋਰੀ, ਤੇ ਉਹ ਦੱਸਣਗੇ ਤੁਹਾਨੂੰ। ਅੱਛਾ, ਤੇ ਬੋੜ, ਵਲੀ ਦੇ ਮੁੰਡੇ ਦਾ ਨਾਂ ਸੀ ਬੋੜ ਇੱਕ ਦੇ ਨਾਂ। ਅੱਛਾ, ਉਹ ਦੱਸੂਗਾ ਵੀ ਵਾਕਈ ਉਹ ਸਾਡੇ ਲੁਹਾਰ ਬੈਠੇ ਆ ਪਾਕਿਸਤਾਨ ਦੇ, ਉਹ ਸਾਡਾ ਭਰਾ ਹੈ ਜਾਂ ਸਾਡਾ ਤਾਇਆ ਚਾਚਾ ਹੈ, ਉਹਨੇ ਸਾਨੂੰ ਇੱਕ ਉਹ ਉਹਨੇ ਗੱਲਾਂ ਦੱਸੀਆਂ ਸਾਡੇ ਨਾਲ। ਬਾਕੀ ਬਾਬਾ ਜੀ ਫਿਰ ਗੱਡੀ ਆ ਗਈ ਉੱਥੋਂ ਦੀ, ਫਿਰ ਅੱਗੇ ਕੀ? ਫਿਰ ਗੱਡੀ ਆ ਗਈ ਜਦੋਂ ਨਾ ਫਰੀਦਕੋਟ, ਹਾਂਜੀ, ਉਹ ਗੱਡੀ ਦੇ ਵਿੱਚ ਉਹ ਬੰਦੇ ਨੇ ਸਾਨੂੰ ਸਾਰਿਆਂ ਨੂੰ ਦੱਬਾ ਸੀਗਾ, ਥੋੜੇ ਜਿਹੇ ਬੰਦੇ ਸੀ ਅੱਗੇ ਪਿੱਛੇ। ਅੱਛਾ, ਆਰਾਮ ਨਾਲ ਬਾਤੇ, ਜਦੋਂ ਬਾਤੇ ਨਾ ਗੱਡੀ ਦੇ ਵਿੱਚ ਦਰਵਾਜ਼ੇ ਬੰਦ ਕਰਤੇ ਗੱਡੀ ਦੇ, ਗੱਡੀ ਚੱਲੀ ਤਕਰੀਬਨ 1 ਘੰਟੇ ਤੋਂ ਬਾਅਦ, ਗੱਡੀ ਇੰਨੀ ਕੁ ਚੱਲੀ ਜਾਣੀ 2-3 ਮੀਲ, ਜਿੰਨਾ ਬੰਦਾ ਤੁਰਦਾ ਨਾ ਆਰਾਮ ਨਾਲ, ਇਹਦੇ ਨਾਲ ਵੀ ਭੋਰਾ ਕੱਟ ਹੈ, ਮਾੜੀ 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 ਘੰਟਾ ਪੂਰੀ, ਏਦਾਂ ਵੀ ਕੋਈ ਬੰਦਾ ਰਿਹਾ ਰੁਹਾ ਨਾ। ਜਦੋਂ 2 ਘੰਟਿਆਂ ਤੋਂ ਬਾਅਦ ਨਾ ਫਿਰ ਗੱਡੀ ਤੇਜ਼ ਹੋਈ। ਬਾਕੀ ਉੱਥੇ ਜਦੋਂ ਪਹੁੰਚਿਆ ਤੁਸੀਂ, ਰਾਹ ਵਿੱਚ ਕੋਈ ਲੋਕ ਸੁਣਿਆ ਮਰੇ ਮੁਰੇ ਬਹੁਤ ਪਏ ਸੀ ਕੋਈ ਲਾਸ਼ਾਂ? ਜਦੋਂ ਫਿਰ ਰਾਹ ਦੇ ਵਿੱਚ ਆਏ ਨਾ ਅਸੀਂ, ਹਾਂਜੀ, ਤੇ ਗੱਡੀ ਦੇ ਵਿੱਚ ਬੈਠੇ ਰਾਹ ਦੇ ਵਿੱਚ, ਹਾਂਜੀ, ਇੱਕ ਤਾਂ ਸਾਡੀ ਗੱਡੀ ਘੇਰ ਲਈ, ਘੇਰ ਲਈ, ਉਹ ਜਿਹੜੇ ਵਿੱਚ ਅਫਸਰ ਸੀ ਨਾ ਸਿੱਖ ਹੀ, ਹਾਂਜੀ, ਉਹ ਕਹਿੰਦੇ ਭਾਈ ਆਹ ਤੁਹਾਡੀ ਗੱਡੀ ਵੱਟੇ ਗੱਡੀ ਆਈ ਹੈ, ਇਹ ਸਿੱਖਾਂ ਦੀ ਗੱਡੀ ਪਾਕਿਸਤਾਨ ਦੇ ਵਿੱਚ ਉੱਧਰ ਜਾਣੀ ਹੈ, ਇਹ ਪਾਕਿਸਤਾਨ ਜਾਣੀ ਹੈ, ਜੇ ਤੁਸੀਂ ਇਹਨਾਂ ਨੂੰ ਮਾਰਨਾ ਨਾ ਉਹਨਾਂ ਨੇ ਉੱਧਰ ਉਹ ਗੱਡੀ ਮੁਕਾ ਦੇਣੀ ਹੈ, ਇਹਦੇ ਤੁਸੀਂ ਮੁਕਾ ਲਓ, ਵੇਖ ਲਓ। ਉਹ ਫਿਰ ਤੈਨੂੰ ਪਤਾ ਰਿਸ਼ਤੇਦਾਰ ਤਾਂ ਹਰੇਕ ਦੇ ਹੁੰਦੇ, ਜੇ ਤੇਰੇ ਨਾ ਹੋਏ ਤਾਂ ਮੇਰੇ ਆ, ਇਹਦੇ ਆ। ਉਹ ਫਿਰ ਸਾਡੀ ਗੱਡੀ ਨੂੰ ਕਿਸੇ ਨੇ ਕੁਛ ਨਹੀਂ ਕਿਹਾ, ਸਾਡੀ ਭੋਲੇ ਵਾਲੇ ਸਟੇਸ਼ਨ ਤੇ ਗੱਡੀ ਜਾ ਖੜੀ। ਅੱਛਾ,
ਭੋਲੇ ਵਾਲੇ ਸਟੇਸ਼ਨ ਤੇ ਅਸੀਂ ਉਤਰੇ। ਉੱਥੇ ਸਾਨੂੰ ਰੋਟੀ ਦਿੱਤੀ, ਇੱਕ ਇੱਕ ਰੋਟੀ ਉੱਤੇ ਸਾਲਣ ਸੁਲਣ ਥੋੜ੍ਹਾ ਬਹੁਤਾ। ਉਹ ਅਸੀਂ ਬਈ ਰੋਟੀ ਬੜੀ ਭਾਰੀ ਸੀ, ਮੋਟੀ ਸੀ ਰੋਟੀ, ਅਸੀਂ ਸਾਰਿਆਂ ਨੇ ਖਾ ਕੇ ਨਾ ਰਾਤ ਨੂੰ ਪੈ ਗਿਆ। ਫੈਮਿਲੀ ਸੀਗੀ, ਰਿਸ਼ਤੇਦਾਰ ਕਿੰਨੀ ਕੁ, ਮਤਲਬ ਤੁਹਾਡੇ ਘਰ ਦੇ ਕਿੰਨੇ ਬੰਦੇ ਸੀਗੇ ਲਾਹੌਰ ਇੱਥੇ ਪਾਕਿਸਤਾਨ 'ਚ ਆ ਰਹੇ ਸੀਗੇ ਇਕੱਠੇ ਨਾਲ? ਸਾਡੇ 60 ਬੰਦੇ ਸੀ, ਬੁੜੀਆਂ ਬੰਦੇ 60 ਜਿਹੜੇ ਘਰ ਦੇ ਸੀਗੇ, ਘਰ ਦੇ ਇੱਕੇ ਘਰ ਦੇ ਸਹੀ ਹੋ ਤਾਇਆ ਚਾਚਿਆਂ ਦੇ ਜਿਵੇਂ ਤੁਸੀਂ ਦਾਰੀ ਹੋ ਰਹੀਆਂ ਇੱਦਾਂ। ਬਾਕੀ ਫਿਰ ਰੋਟੀ ਰੋਟੀ ਖਾ ਕੇ ਫਿਰ ਤੁਰ ਪਏ? ਰੋਟੀ ਰਾਟੀ ਖਾ ਕੇ ਤੁਰੇ ਨਹੀਂ। ਅੱਛਾ, ਫਿਰ ਉਹਦੇ ਭੋਲੇ ਵਾਲੇ ਇੱਕ ਮਕਾਨ ਸੀ ਉੱਥੇ ਰਹਿ ਪਏ। ਅੱਛਾ, ਉੱਥੇ ਫਿਰ ਮੇਰੀ ਮਾਂ ਫੌਤ ਹੋ ਗਈ। ਉੱਥੇ ਕਿੰਨੀ ਦੇਰ ਪਾਕਿਸਤਾਨ? 8 ਦਿਨਾਂ ਪਿੱਛੋਂ ਪਾਕਿਸਤਾਨ ਚ ਆਈ ਹੋਈ। ਅੱਛਾ, ਉਹ ਫਿਰ ਉੱਥੇ ਬੰਦੇ ਵਾਕਫ ਵਾਲੇ ਸੀਗੇ। ਹਾਂਜੀ, ਤੇ ਉਹਨੂੰ ਫਿਰ ਉੱਥੇ ਦਫਨਾਇਆ, ਉੱਥੇ ਰਹਿੰਦੇ ਰਹੇ। ਫਿਰ ਉੱਥੇ ਕਹਿੰਦੇ ਕਿ ਮੇਰਾ ਇੱਕ ਦਾਦਾ ਸੀ, ਉਹਦੇ ਨਾਂ ਸੀ ਬਾਮੂ। ਅੱਛਾ, ਜਾਨ ਦਾ ਪਿਓ ਸੀ ਰਮਜਾਨ ਜਾਨ ਦਾ। ਹਾਂਜੀ, ਉਹ ਵੀ ਉੱਥੇ ਫੌਤ ਹੋ ਗਿਆ, ਉਹਨੂੰ ਵੀ ਉੱਥੇ ਦਫਨਾਇਆ। ਫੌਤ ਦਾ ਤਾਂ ਹੋਏ ਮਰ ਕੇ ਬਿਮਾਰ ਹੋ ਗਏ, ਮਾੜੇ ਮਾੜੇ ਬੁਖਾਰ ਮਸ਼ਹੂਰ ਹੋ ਗਏ, ਉੱਥੇ ਫੌਤ ਹੋ ਗਏ ਦੋਵੇਂ ਜਿਹੜੇ। ਅੱਛਾ, ਫਿਰ ਜਨਾਬ ਉੱਥੇ 8-10 ਦਿਨਾਂ ਪਿੱਛੋਂ ਫਿਰ ਅਸੀਂ ਜਿਉਂ ਚੱਲੇ ਨਾ। ਹਾਂਜੀ, ਫਿਰ ਅਸੀਂ ਦੁਨੀਆਪੁਰ ਆ ਗਏ। ਦੁਨੀਆਪੁਰ ਪਾਕਿਸਤਾਨ ਵਿੱਚ? ਪਾਕਿਸਤਾਨ ਹੀ ਦੁਨੀਆਪੁਰ। ਉੱਥੇ ਵੀ ਫਿਰ ਸਾਡੇ ਬੰਦੇ ਸ਼ਹੀਦ ਹੋਏ ਸੀ, ਉਹਨਾਂ ਨੂੰ ਲੱਭਦੇ ਰਹੇ। ਅੱਛਾ, ਉਹ ਸਾਨੂੰ ਲੱਭੇ ਨਾ ਚਾਚੇ, ਇਹਨਾਂ ਬੰਦੇ ਨੂੰ ਲੱਭਦੇ ਰਹੇ। ਮੁੜ ਕੇ ਹੌਲੀ 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 ਆਣ ਕੇ ਨਾ ਇੱਥੇ ਆ ਗਏ ਆਪਣੇ ਚੀਚਾ ਵਦਨੀ। ਵਦਨੀ ਆ ਗਏ ਜੀ, ਚੀਚਾ ਵਦਨੀ ਜਦੋਂ ਆਏ ਨਾ, ਜਦੋਂ ਖੁੱਲ੍ਹ ਕੇ ਨਾ ਕੋਈ ਬੰਦਾ ਵਾਕ ਨਾ ਲੈਣਾ ਨਾ ਦੇਣਾ, ਜੇ ਨੰਗੇ ਅਸੀਂ ਅੱਗੇ ਵੀ ਨੰਗੇ ਹੀ। ਉੱਥੇ ਵਿਹਲੇ ਪਏ, ਉੱਥੇ ਤੇੜੋਂ ਲਾਹ ਕੇ ਚਾਦਰ ਹੁੰਦੀ ਅਤੇ ਸਿਆਲ ਦਾ ਮਹੀਨਾ ਉੱਤੇ ਲੈ ਲੈਣੀ, ਅਤੇ ਉਹ ਮਾੜਾ ਮੋਟਾ ਜਿਹਾ ਜੀ ਨੀਂਦ ਆਪੇ ਆਉਣੀ ਆ ਜਾਣੀ, ਨਹੀਂ ਤਾਂ ਬੈਠੇ ਰਹਿਣਾ। ਕੁਛ ਦਿਨ ਇਉਂ ਕੱਢੇ, ਕੁਛ ਦਿਨ ਜੰਗਲ ਸੀ ਉੱਥੇ ਚੀਚਾ ਵਦਨੀ, ਉਹ ਬਾਹਰ ਜੰਗਲ ਚਲੇ ਜਾਣਾ, ਉੱਥੋਂ ਮੋਟੇ ਮੋਟੇ ਸੱਕ ਚੁੱਗ ਲਿਆਉਣੇ, ਉਹ ਤਿੰਨਾਂ ਮੁੰਡੇ ਨੇ 3-4 ਪੰਡਾਂ ਬੰਨ ਲੈਣੇ, 2 ਕਮਾਣ ਬੰਨ ਕੇ ਅਤੇ ਵਿਚਾਲੇ ਉਹ ਕੋਠੇ ਦੇ ਵਿਚਾਲੇ ਟੋਆ ਵੱਟ ਕੇ ਨਾ ਉਹਦੇ ਵਿੱਚ ਰੱਖ ਲੈਣੇ, ਉਹ ਸੱਕ ਪਾ ਦੇਣੇ ਮੋਟੇ ਮੋਟੇ, ਉਹਦੇ ਕੋਲੇ ਹੋ ਜਾਣੇ, ਉਸੇ ਪੀ ਜਾਣਾ, ਕਿਸੇ ਨੇ ਐਂ ਸੌਂ ਜਾਣਾ, ਕਿਸੇ ਨੇ ਕੀੜਾ ਤਾਂ ਹੁੰਦਾ ਕੋਈ ਨਹੀਂ ਸੀ, ਉਹ ਰਾਤ ਕੱਢ ਲੈਣੀ ਸਵੇਰ ਨੂੰ, ਕਿ ਉਹ ਇੱਧਰ ਚਲਾ ਗਿਆ ਰੋਟੀ ਲੱਭਣ, ਕੋਈ ਇੱਧਰ ਚਲਾ ਗਿਆ ਇੱਧਰ, ਕਿਸੇ ਨੂੰ ਸੇਰ ਆਟਾ ਲੱਭ ਗਿਆ, ਕਿਸੇ ਨੇ ਦੇ ਦਿੱਤਾ, ਕਿਸੇ ਨੂੰ ਨਾ ਦੇ ਦਿੱਤਾ। ਕਿੰਨੀ ਦੇਰ ਇੱਥੇ ਰਹੇ ਚੀਚਾ? ਚੀਚਾ ਵਦਨੀ ਰਹਿ 2 ਮਹੀਨੇ। ਹਾਂ, 2 ਮਹੀਨਿਆਂ ਤੋਂ ਬਾਅਦ ਦੇ ਫਿਰ ਨਾ ਇੱਕ ਪਿੰਡ ਸੀ ਛੋਟਾ ਜਿਹਾ ਜੰਗਲੀਆਂ ਦਾ, ਇੱਕ ਜੰਗਲੀ ਬਹੁਤ ਅੱਛਾ ਬੰਦਾ ਸੀ, ਸਿਆਲ ਕੌਮ ਦਾ ਸਿਆਲ ਸੀ, ਇੱਜ਼ਤ ਵਾਲਾ ਸੀ, ਬਹੁਤ ਘਰ ਵੀ ਚੰਗਾ ਖੁੱਲ੍ਹਾ ਸੀ ਉਹਦਾ, ਉਹ ਜੀ ਸਾਨੂੰ ਉੱਥੇ ਲੈ ਗਿਆ, ਪੁੱਛਦਾ ਕੌਣ ਨੇ ਮਿਸ ਕਰੀ, ਕੰਮ ਕਰੋਗੇ ਮੈਂ ਕਰਾਂਗਾ, ਬਾਬਾ ਕਹਿੰਦਾ ਕਰਾਂਗਾ, ਕੋਲੇ ਸਾਡੇ ਥੋੜ੍ਹੀ ਵੀ ਹੈ ਨਹੀਂ, ਕਹਿੰਦਾ ਮੈਂ ਤੈਨੂੰ ਉਧਾਰ ਕੇ ਸਾਰੇ ਲਿਆ ਕੇ ਦੇ ਦਿਓ, ਉਧਾਰ ਸੀਗੇ ਉਹਨੇ ਲਿਆ ਕੇ ਦੇ ਦਿੱਤੇ, ਉੱਥੇ ਉਹਨਾਂ ਦਾ ਕੰਮ ਕਰ ਲਾ, ਉੱਥੇ ਹਾੜੀ ਆ ਗਈ, ਦਾਣੇ ਆ ਗਏ, ਸਭ ਕੁਛ ਆ ਗਿਆ, ਸਭ ਲੋਕ ਵਾਕ ਲੋਕ ਬੜਾ ਕੰਮ ਕਰਾਉਂਦਾ, ਸਾਰਾ ਦਿਲ ਨਾ ਲੱਗੇ ਦਿਲ ਨਾ ਲੱਗੇ। ਅਸੀਂ ਤਾਂ ਮਹਾਜਰ ਸੀਗੇ, ਸਾਡੇ ਤਾਂ ਪਿੰਡਾਂ ਦੇ ਬੰਦੇ ਸੀ, ਕੋਈ ਪਿੰਡਾਂ ਦੇ ਸੀ, ਕੋਈ ਕਿਤੋਂ ਦੇ, ਕੋਈ ਕਿਤੋਂ ਦੇ, ਕੋਈ ਜਾਣਦੇ ਵੀ ਸੀ, ਦੇ ਤਰਣੀਆਂ ਦੇ ਬੰਦੇ ਵੀ ਜਾਣਦੇ ਸੀ, ਬਾਬਿਆਂ ਨੂੰ ਦਾਤੇ ਵਾਲੀ ਇਹ ਵੀ ਜਾਣਦੇ ਸੀ, ਜਾਂ ਹੋਰ ਵੀ ਕਈ ਘਰ ਜਾਣਦੇ ਸੀ, ਨੇੜੇ ਨੇੜੇ ਪਿੰਡ ਸੀ। ਟ੍ਰੇਨ ਵਿੱਚ ਜਿਹੜੇ ਲੋਕ ਬੈਠੇ ਸੀਗੇ, ਜੇ ਟ੍ਰੇਨ ਵਿੱਚ ਰੇਲ ਗੱਡੀ ਦੇ ਲੋਕ ਬੈਠੇ ਸੀਗੇ, ਹਾਂ, ਉਹਦੇ ਵਿੱਚ ਕਿਹੜੇ ਲੋਕ ਆਸੇ ਪਾਸੇ ਸਾਰੇ ਪਿੰਡਾਂ ਦੇ ਸੀਗੇ? ਯੂਪੀ ਜਾਂ ਛਾਪੀ ਦੇ ਸੀਗੇ, ਯੂਪੀ ਦੇ ਇਲਾਕੇ ਦੇ ਵਿੱਚ। ਅੱਛਾ, ਯੂਪੀ ਦਾ ਇਲਾਕਾ ਸੀ, ਹੁੰਦੇ ਸਾਰੇ, ਉਸ ਇਲਾਕੇ ਦੀ ਗੱਡੀ ਆਈ ਸੀ ਭਰ ਕੇ, ਉਸ ਗੱਡੀ ਦੇ ਵਿੱਚ ਸਾਨੂੰ ਵਾੜਿਆ। ਤੁਹਾਡਾ ਪਿੰਡ ਸੀ ਆਸੇ ਪਾਸੇ ਰਣੀਆਂ ਦੇ ਵੀ ਸੀਗੇ? ਰਣੀਆਂ ਦੇ ਵਿੱਚ ਨਹੀਂ, ਰਣੀ ਦਾ ਇੱਕ ਅਲੀ ਮਾਮ ਮੁੰਡਾ ਸੀ ਸਾਡੇ ਨਾਲ। ਅੱਛਾ, ਅਲੀ ਮਾਮ ਸੀ ਮੁੰਡੇ ਦੇ ਨਾਲ, ਰਣੀਏ ਦਾ ਸੀ, ਤੁਹਾਡੀ ਉਮਰ ਦਾ ਮੁੰਡਾ ਸੀ, ਆਪਦੇ ਮਾਂ ਪਿਓ ਨਾਲ ਵਿਛੜਿਆ, ਉਹ ਸਾਡੇ ਕੋਲ ਸਾਲ ਭਰ ਰਿਹਾ ਮੁੰਡਾ। ਅੱਛਾ, ਮੁੜ ਕੇ ਉਹਨੂੰ ਕਿਤੇ ਪਤਾ ਲੱਗ ਗਿਆ ਵੀ ਮੇਰੇ ਮਾਂ ਪਿਓ ਚਾਚੇ ਤਾਏ ਕਿਤੇ ਹੈਗੇ, ਮੈਨੂੰ ਤਾਂ ਯਾਦ ਨਹੀਂ, ਉਹ ਫਿਰ ਉਹਨਾਂ ਕੋਲ ਚਲਾ ਗਿਆ, ਚੰਗਾ ਮੁੰਡਾ ਸੀ ਰਣੀਏ ਨੇ। ਉਦੋਂ ਰਣੀਏ ਵਾਲੇ ਬੰਦੇ ਬਸੇਰੇ ਮਗਰੋਂ ਤੋਂ 5-4 ਸਾਲਾਂ ਤੋਂ ਬਹੁਤ ਮਿਲਦੇ ਰਹੇ ਇੱਥੇ। ਫਿਰ ਸਾਡੇ ਭਾਣਜੇ ਬੈਠੇ ਚੀਚਿਆਂ ਦੇ ਵਿੱਚ, ਉਹਨਾਂ ਦੀ ਜ਼ਮੀਨ ਸੀ 2 ਮਰੱਬੇ। ਅੱਛਾ, ਇੱਥੇ ਪੈਂਦੀ ਨਹੀਂ ਸੀ ਜ਼ਮੀਨ, ਉਹ ਮੈਂ ਇੱਥੇ ਆਇਆ ਕਹਿੰਦਾ ਮਾਮਾ ਸਾਨੂੰ ਜ਼ਮੀਨ ਨਹੀਂ ਪੈਂਦੀ, ਸਾਨੂੰ ਜ਼ਮੀਨ ਪੈਂਦੀ ਆ ਆਪਣੇ ਚੂੜਕਾਣ। ਅੱਛਾ, ਇੱਧਰ ਆ ਚੂੜਕਾਣਾ, ਲਾਹੌਰ ਵਾਲੀ ਇਸਤਰੀ ਪਿੰਡ ਆ, ਮੈਂ ਗਿਆ ਵੀ ਹਾਂ ਉੱਥੇ, ਉਹਨਾਂ ਨੂੰ ਜਨਾਬ ਪੈਸੇ
ਇੱਕ ਪਟਵਾਰੀ ਸੀਗਾ ਸਾਈ, ਉਹਦਾ ਭਰਾ ਸੀ ਸਾਈ ਦਾ, ਉਹ ਸਾਈ ਇੱਥੇ ਲੱਗਿਆ ਸੀਗਾ ਪਾਦਰੀ ਆਪਣੇ ਪਿੰਡ 'ਚ। ਉਹ ਫਿਰ ਬਹਿਣ ਉੱਠ ਹੋ ਗਿਆ, ਉਹ ਕਹਿੰਦਾ ਵੀ ਤੁਹਾਡੀ ਜ਼ਮੀਨ ਮੈਂ ਪਾ ਦਿੰਦਾ, ਲੈਣਾ ਵੀ ਕੁਝ ਨਹੀਂ, ਪਰ ਤੁਹਾਨੂੰ ਇੱਥੋਂ ਜਾਣਾ, ਮੇਰਾ ਭਰਾ ਪਟਵਾਰੀ ਆ, ਉਹਨੂੰ ਮੈਂ ਕਹਿ ਦਿੰਦਾ, ਉਹ ਜੇ ਤੁਸੀਂ ਅੱਗੇ ਦਾ ਉਹਦੇ ਇੱਥੇ ਆਇਆ ਹੋਇਆ ਸੀ ਸਾਡਾ ਪੱਤਾ ਭਾਣਦਾ, ਕਹਿੰਦਾ ਹੁਣ ਵੀ ਆਉਣਾ ਹੀ। ਉਹ ਛਿਆਂ ਕੁ ਮਹੀਨਿਆਂ ਵਿੱਚ ਫੇਰ ਆ ਗਿਆ, ਉਹਦੇ ਨਾਲ ਗੱਲ ਹੋ ਗਈ, ਕਹਿੰਦਾ ਤੁਹਾਡੇ ਦੋ ਮੁਰੱਬੇ ਦੇ ਦੋ ਮੁਰੱਬੇ ਉੱਥੇ ਪੈ ਪਏ। ਉਹ ਫਿਰ ਮੈਨੂੰ ਕਹਿਣ ਲੱਗਾ ਨਾ ਵੀ ਮਾਮਾ ਤੂੰ ਬੰਦਿਆਂ ਨੂੰ ਜਾਣਦਾ ਵੀ ਹੈ, ਦੇਸ਼ ਦਾ, ਦੇਸ਼ ਦਾ ਜਾਣਦੇ ਵੀ ਹੈ ਤੁਸੀਂ, ਸਾਰੇ ਅੱਬਾ ਵੀ ਜਾਣਦਾ ਸੀ, ਸਾਰੇ ਜਾਣਦੇ ਸੀ ਆ ਨਿਆਮਤ ਅਲੀ ਨੂੰ, ਅੱਗੇ ਨਿਆਮਤ ਅਲੀ ਦੇਖਿਆ ਸੀ ਤੂੰ, ਆ ਬਾਬਾ ਸੋਹਣ ਨਿਆਮਤ ਅਲੀ ਮੇਹਰ, ਫਿਰ ਉਹ ਬਹਾਦਰ ਬੁੜਾ, ਫਿਰ ਉਮਰਾ ਬੁੜਾ, ਫਿਰ ਆ ਸੂਬੇਦਾਰ ਰਹਿਮਤ ਅਲੀ ਚਾਰਦੀਨ, ਇਹ ਸਾਰੇ ਸਾਨੂੰ ਜਾਣਦੇ ਸੀ, ਦੇਸ਼ ਨੇੜੇ ਸੀ ਨਾ ਪਿੰਡ, ਜਿਵੇਂ ਆਪਾਂ ਪੁੱਜਿਆਂ ਵਾਲੇ ਨੂੰ ਟਾਵਾਂ ਟਾਵਾਂ ਜਾਣਦੇ ਹਾਂ, ਜਿਵੇਂ ਆਹ ਘੜੀਆਂ ਇੱਥੇ ਵੀ ਟਾਵਾਂ ਟਾਵਾਂ ਇੱਥੇ ਤੱਕ ਭਾਈ ਸਾਨੂੰ ਕਿਹਾ ਇੱਥੇ ਆਉਂਦੇ ਆ। ਉੱਥੋਂ ਫਿਰ ਅਸੀਂ ਇੱਥੇ ਆ ਗਏ, ਇੱਥੇ ਆਣ ਕੇ ਫਿਰ ਸਾਰੇ ਬੰਦੇ ਵਾਟ ਸਾਡਾ ਦਿਲ ਲੱਗ, ਸਾਰੇ ਆਪਣੇ ਬੰਦੇ ਪੰਜਾਬੀ ਬਣੀ, ਇਹ ਅੰਮ੍ਰਿਤਸਰੀਆਂ ਤੋਂ ਕੰਮ ਕਰਾਉਣਾ ਸੀ, ਅੰਮ੍ਰਿਤਸਰੀਆਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ, ਸਾਲਣਾ ਬਣਾਉਣਾ ਹੋਵੇ 44 ਨੰਬਰ, ਦਾਤੀ ਰੰਬਾ ਨਾ ਬਣਾਉਣਾ ਹੋਵੇ ਵੀ, ਉਹ ਫਿਰ ਸਾਰੇ ਪਿੰਡ ਦੇ ਕੰਮ ਕੀਤਾ। ਘਰ ਉੱਥੇ ਰੜੀ ਦੇ ਵਿੱਚ ਪਾ ਲਿਆ, ਇੱਥੇ ਉਹ ਪਈ ਵਿਹਲੀ ਪਈ, ਉਹ ਕਹਿੰਦੇ ਵੜ ਲਓ, ਘਰ ਬਣਿਆ ਹੋਇਆ ਖਾਲੀ ਮੈਂ ਮੈਦਾਨ ਹੀ, ਉਹ ਸਾਰਾ ਵਿਹਲਾ ਹੀ ਪਿਆ ਸੀ, ਤਾਂ ਜਿੰਨਾ ਮਰਜ਼ੀ ਕੋਈ ਵੜ ਲਏ, ਇੱਥੇ ਬਾਹਰ ਲੈ ਆਣ ਕੇ ਦੋ ਦੋ ਕਨਾਲਾਂ ਪਾਸਲਾ ਚੀਰ ਦੇਣਾ, ਦਾਤੀ ਨੂੰ ਗੱਡਿਆਂ ਨਾਲ ਟੋਕੇ ਲੈ ਜਾਣਾ, ਪਾਸਲੇ ਦੇ ਕੋਠੇ ਪਾ ਲਏ, ਪਾਸਲੇ ਦੀ ਚਾਰ ਦੀਵਾਰੀ ਕਰਨੀ, ਕੱਚੇ ਮਕਾਨ ਹੀ ਪੁਣਾ ਕੱਚੀ, ਬਿਲਕੁਲ ਕੱਚੀ, ਮੈਂ ਕਿਹਾ 20-25 ਸਾਲ ਕੱਚੇ ਹੀ ਮਕਾਨ ਰਹਿ, ਕੱਚੀ ਸਾਰਿਆਂ ਦੇ 20-25 ਸਾਲਾਂ ਪਿੱਛੋਂ ਕੋਈ ਬਣਾਉਣ ਲੱਗ ਪਿਆ, ਹੇਠੋਂ ਐਡੀ ਐਡੀ ਡਿਉਂ ਪੱਕੀ ਉੱਤੇ ਕੱਚੇ, ਕੋਈ ਪੱਕੇ ਬਣਾਉਣ ਲੱਗ ਪਿਆ, ਜਿਵੇਂ ਜਿਵੇਂ ਬੰਦੇ ਚੌਧਰੀ ਤਕੜੇ ਸੀ ਉਵੇਂ ਉਵੇਂ ਇੱਦਾਂ ਹੋਣ ਲੱਗ ਪਿਆ। ਦੇਸ਼ ਜਿਹੜੇ ਕੱਟੇ ਸੀ ਨਾ ਕੱਟੇ ਮੱਝਾਂ ਦੇ, ਇਹ ਕੱਟੇ ਵਾਹ ਵਾਹ ਮਣ ਮਣ ਦੇ 20-25 ਮਣ ਮਣ ਦੇ ਤਕਰੀਬਨ ਨਾਲ ਛੱਡ ਦਿੰਦੇ ਖੁੱਲ੍ਹੇ ਬਾਹਰ, ਕੋਈ ਲੈ ਜੇ ਕੋਈ ਨਾ ਲੈ ਜੇ, ਅਤੇ ਰਾਮ ਗਊਆਂ ਇੰਨੀਆਂ ਹੁੰਦੀਆਂ ਸੀ ਨਾ, 200-100 ਦੀ ਡਾਰ ਹੀ ਹੁੰਦੀ ਸੀ, ਅੱਛਾ ਇੰਨੀਆਂ ਉਹਨਾਂ ਦੇ ਮਗਰ ਵੱਛੇ ਵੱਛੀਆਂ ਕੋਈ ਫੜ ਲੈਂਦੇ ਸੀ ਜੋੜਨ ਵਾਸਤੇ। ਉਸ ਟਾਈਮ ਮੱਝ ਕਿੰਨੇ ਦੀ ਆ ਜਾਂਦੀ ਸੀ ਇੱਕ ਚੰਗੀ? ਉਸ ਵੇਲੇ ਜਿਹੜੀ ਚੰਗੀ ਮੱਝ ਨਾ ਸਿਰੇ ਦੀ ਚੋਟੀ ਦੀ, ਅੱਛਾ ਉਹ 300 ਦੀ, 20 ਘੜ 300 ਦੀ ਬਸ ਇੱਥੋਂ ਚੱਲਦੀ ਸੀਗੀ, ਫਿਰ 8ਵੀਆਂ ਦੀ 9ਵੀਆਂ ਦੀ ਇਹ ਇੱਦਾਂ ਵਿਕਦੀ ਸੀ, ਬਸ 6ਵੀਆਂ ਦੀ ਵੀ ਵਿਕਦੀ ਸੀ, ਜਾਣੀ ਮੱਝਾਂ ਇੱਦਾਂ ਵਿਕਦੀਆਂ ਸੀ, ਗਾਂ 100 ਦੀ, 80ਆਂ ਦੀ, 90ਆਂ ਦੀ, ਇੱਦਾਂ ਗਾਈਆਂ ਵੀ ਮਿਲ ਜਾਂਦੀਆਂ ਸੀ ਉਦੋਂ। ਬਾਕੀ ਜੇ ਹੁਣ ਤੁਹਾਨੂੰ ਤੁਹਾਡੇ ਪਿੰਡ ਪਿੱਛੇ ਛੱਡਿਆ ਜੀ, ਹਾਂ ਜਿੱਥੇ ਵੀ ਮਰਜ਼ੀ ਤੁਸੀਂ ਆਪਣਾ ਘਰ ਲੱਭ ਲਓਗੇ, ਫਿਰ ਤੁਸੀਂ ਮੈਨੂੰ ਆਪਦੇ ਪਿੰਡ ਸਾਲਾ ਜਿਹੜਾ ਸਾਡਾ ਘਰ ਆ ਨਾ, ਭਾਵਾਂ ਉਹਨਾਂ ਨੇ ਪੱਕਾ ਵੀ ਬਣਾਇਆ ਹੋਇਆ, ਬੂਹੇ ਮੂਹਰੇ ਜਾ ਖੜੂ, ਅੱਛਾ ਉਹਦੇ ਵੀ ਬਾਕੀ ਗੁਆਂਢੀ ਆਂਢੀਆਂ ਦਾ ਵੀ ਦੱਸ ਦੂ ਵੀ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ, ਦਿਲ ਕਰਦਾ ਤਾਂ ਜਾਣ ਦਾ ਜੀ ਦੇਖੀ ਦੇਖਣ ਦਾ, ਦਿਲ ਤਾਂ ਕਰਦਾ ਪਰ ਹੁਣ ਹਿੰਮਤ ਹੈ ਨਹੀਂ, ਅੱਛਾ ਤੁਰਿਆ ਨਹੀਂ ਜਾਂਦਾ ਹੁਣ ਇੰਨਾ। ਅਤੇ ਆਹ ਜਿਹੜੇ ਸਾਡੇ ਚਾਚੇ ਉੱਧਰ ਬੈਠੇ ਆ ਨਾ, ਇੱਕ ਬਲੀ ਬੈਠਾ ਉੱਧਰ, ਇੱਕ ਹੋਰ ਬਲੀ ਆ, ਇੱਕ ਜਾਨ ਆ, ਇਹਨਾਂ ਨੂੰ ਮੈਂ ਦੁਆ ਸਲਾਮ ਦਿੰਦਾ, ਬੋਰਡ ਨੂੰ ਦੁਆ ਸਲਾਮ ਦਿੰਦਾ, ਇੱਕ ਮਿਗ ਆ ਉਹਨੂੰ ਦੁਆ ਸਲਾਮ ਦਿੰਦਾ, ਮੇਰਾ ਦੁਆ ਸਲਾਮ ਇਹਨਾਂ ਨੂੰ ਦੇ ਦਿਆ ਜੋ। ਅਤੇ ਮੈਂ ਚੀਤਿਆਂ ਦੇ ਰਹਿਣ ਵਾਲਾ, ਚੀਤੇ ਪਿੰਡ, ਮਿਗ ਆਇਆ ਸੀ, ਬਲੀ ਵੀ ਆਇਆ ਸੀਗਾ, ਅਤੇ ਸਾਰੇ ਆਏ ਸੀਗੇ, ਬੋਰਡ ਵੀ ਆਇਆ ਸੀਗਾ, ਅਤੇ ਉਹ ਚਾਚੀ ਸਰਦਾਰੋ ਸਾਡੀ ਸੀ ਉਹ ਵੀ ਆਈ ਸੀਗੀ, ਸਾਰਿਆਂ ਨੂੰ ਦੁਆ ਸਲਾਮ ਦਿੰਦਾ, ਮੇਰਾ ਦੁਆ ਸਲਾਮ ਇਹਨਾਂ ਨੂੰ, ਬਲੀ ਹੋਰਾਂ ਸਾਰਿਆਂ ਨੂੰ। ਬਾਬਾ ਜੀ ਇਹ ਜਿਹੜਾ ਆਪਣਾ ਪਿੰਡ ਆ ਇਹਦੇ ਆਸੇ ਪਾਸੇ ਲਾਗੇ ਜਿਹੜੇ ਪਿੰਡ ਆ ਉਹਨਾਂ ਦਾ ਨਾਮ ਦੱਸ ਦਿਓ। ਜਿਹੜਾ ਆਪਣੇ ਪਿੰਡ ਸਾਡਾ ਸਮਾਰਸਰ ਪਿੰਡ ਸੀ, ਨਹੀਂ ਨਹੀਂ ਇੱਥੇ ਪਾਕਿਸਤਾਨ ਵਿੱਚ, ਪਾਕਿਸਤਾਨ ਦੇ ਵਿੱਚ ਚੀਤਿਆਂ ਦੇ ਪਿੰਡ ਦੇ ਨਾਲ ਹੈਗਾ ਘਣੀਆਂ ਪਿੰਡ, ਬੁੱਜਿਆਂ ਵਾਲੀ ਪਿੰਡ, ਸਰਜਾ ਪਿੰਡ, ਫਿਰ ਯੋਧਾ ਨਗਰੀ ਪਿੰਡ, ਫਿਰ ਆ ਚੰਦੋ ਬਟਾਲਾ ਪਿੰਡ, ਫਿਰ ਘਣੀਆਂ ਪਿੰਡ, ਫਿਰ ਚਾਲਾ ਪਿੰਡ, ਫਿਰ ਜਨਾਬ ਗੋਗੋਮਾਲ ਪਿੰਡ, ਫਿਰ ਜਨਾਬ ਮੂੰਗੀ ਬੰਗਲਾ ਪਿੰਡ। ਇਹ ਆਪਣਾ ਜਿਹੜਾ ਪਿੰਡ ਹੈ ਨਾ ਚੀਤੇ, ਹਾਂਜੀ ਇਹ ਪਿੰਡ ਆਪਣਾ ਹੈਗਾ ਹੈ ਟੋਬੇ ਦੇ ਜ਼ਿਲ੍ਹੇ ਦੇ ਵਿੱਚ, ਜ਼ਿਲ੍ਹਾ ਟੋਬਾ। ਅੱਛਾ ਅਤੇ ਜਿਹੜੀ ਤਹਿਸੀਲ ਆ ਉਹ ਗੋਜਰਾ। ਅੱਛਾ ਚੀਤਿਆਂ ਦੀ ਤਹਿਸੀਲ ਆ, ਜਾਣੀ ਜਿਹੜੇ ਲਾਗੇ ਲਾਗੇ ਪਿੰਡ ਆ ਸਾਰੀ ਸਾਡੀ ਇਹ ਤਹਿਸੀਲ ਆ।
ਬਾਕੀ ਬਾਬਾ ਜੀ ਆਖਰ ਤੇ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਆ ਇੰਡੀਆ ਵਾਲਿਆਂ ਨੂੰ ਆਪਣੇ ਇੰਡੀਆ ਵਾਲਿਆਂ ਨੂੰ ਪੈਗਾਮ ਦੁਆ ਸਲਾਮ ਸਾਰਿਆਂ ਨੂੰ ਦੇਣੇ ਚਾਹੁੰਦੇ ਆ ਆ ਜਾਂਦਾ ਨਹੀਂ ਰਾਜੀ ਆ ਸਾਨੂੰ ਆ ਜਿਹੜੀਆਂ ਕੋਈ ਗੱਲਾਂ ਚਾਰ ਦੱਸੀਆਂ ਇਹਦਾ ਸਾਨੂੰ ਜਵਾਬ ਦੇ ਦੇਣੇ ਦੀ ਖੁਸ਼ ਹੋ ਜਾਵਾਂਗੇ ਬਸ ਅੱਛਾ ਹੋਰ ਆਪਾਂ ਕੀ ਕਹਿਣਾ ਅੱਲਾ ਦਾ ਸ਼ੁਕਰ ਆ ਬੜਾ ਰੱਬ ਦਾ ਦਿੱਤਾ ਹੋਇਆ ਅੱਲਾ ਦਾ ਬਹੁਤ ਕੁਝ ਦਿੱਤਾ ਹੋਇਆ ਅਲਹਮਦੁਲਿਲਾ ਹੋਰ ਤਾਂ ਅਸੀਂ ਨਾ ਤੁਹਾਨੂੰ ਕੁਝ ਦੇਣ ਜੋਗੇ ਨਾ ਤੁਹਾਨੂੰ ਲੈਣ ਜੋਗੇ ਕੋਈ ਐਸੀ ਚੀਜ਼ ਹੋਵੇ ਮੈਂ ਤੈਨੂੰ ਕੀ ਭੇਜ ਦਈਏ ਹੁਣ ਅੱਛਾ ਤੇ ਅੱਲਾ ਦਾ ਸ਼ੁਕਰ ਆ ਆ ਮੁੰਡੇ ਬੋੜ ਹੋ ਰਹੀਆਂ ਜਿਹੜੇ ਆ ਬਲੀ ਦੇ ਮੁੰਡੇ ਇਹਨਾਂ ਨੂੰ ਹੁਣ ਵਾਰ ਵਾਰ ਮੇਰੀ ਦੁਆ ਸਲਾਵਾਂ ਮੇਰੀ ਸਾਰਿਆਂ ਨੂੰ ਹੀ ਉਹਦੇ ਮੁੰਡਿਆਂ ਨੂੰ ਵੀ ਉਹਨਾਂ ਦੇ ਨਾਂ ਨਹੀਂ ਮੈਂ ਜਾਣਦਾ ਜਾਣਦੇ ਮੁੰਡਿਆਂ ਨੂੰ ਉਹ ਵੱਡਾ ਬਲੀ ਜਿਹੜਾ ਛੋਟਾ ਬਲੀ ਉਹਦੇ ਮੁੰਡਿਆਂ ਦਾ ਵੀ ਮੈਂ ਨਾਂ ਨਹੀਂ ਜਾਣਦਾ ਜਿੰਨੇ ਵੀ ਲੋਹਾਰਾਂ ਦੇ ਮੁੰਡੇ ਆ ਨਾ ਇਹ ਬਸ ਮੈਂ ਦੋ ਚੋਂ ਦਾ ਨਾਂ ਜਾਣਦਾ ਬਾਕੀ ਵੱਡੇ ਹੈ ਤਾਂ ਬਥੇਰੇ ਪਰ ਮੈਂ ਜਾਣਦਾ ਨਹੀਂ ਆ ਜਿਹੜੇ ਵੀ ਦੇਖਦੇ ਆ ਇਹਨਾਂ ਦੇ ਪਿੰਡ ਵਾਲੇ ਬਾਬੇ ਦੇ ਰਿਸ਼ਤੇਦਾਰ ਉਹਨਾਂ ਨੂੰ ਇਹ ਆ ਕਿ ਮੈਸੇਜ ਬਾਬੇ ਨੂੰ ਪੁਰਾਣੇ ਇਹਨਾਂ ਦੇ ਪਿੰਡ ਦੀਆਂ ਤਸਵੀਰਾਂ ਤੁਸੀਂ ਉਹਨਾਂ ਘੱਲਣ ਘਰ ਦੀ ਜਿੱਥੇ ਇਹਨਾਂ ਦੇ ਘਰ ਹਾਂ ਘਰਾਂ ਦੀਆਂ ਤਸਵੀਰਾਂ ਵੀ ਘੱਲਣ ਮਹੱਲਾ ਅੱਛੀ ਗੱਲ ਮਹੱਲਾ ਵੀ ਦੱਸਣ ਜਿਹੜੇ ਸਾਡੇ ਮਕਾਨ ਸੀ ਉਹ ਵੀ ਦੱਸਣ ਵੀ ਕਿੱਥੇ ਕਿੱਥੇ ਕਿਹਨੇ ਕਿਹਨੇ ਪਾਏ ਚੰਗੇ ਪਾਏ ਆ ਕਿ ਅਬਰਾਨੀ ਪਏ ਆ ਬਾਕੀ ਕਿਹੜੇ ਲੋਕ ਹੁਣ ਹੈਗੇ ਆ ਕਿਹੜੇ ਨਹੀਂ ਬਾਕੀ ਉੱਥੇ ਹੁਣ ਮੈਂ ਹੁਣ ਤੁਹਾਨੂੰ ਇਹ ਪ੍ਰੋਗਰਾਮ ਦਿੰਦਾ ਜਿੰਨੇ ਲੋਹਾਰਾਂ ਦੇ ਮੁੰਡੇ ਆ ਨਾ ਇੱਥੇ ਸਮਾਲਸਰ ਦੇ ਵਿੱਚ ਬੈਠੇ ਇਹ ਕੋਈ ਮੇਰਾ ਭਤੀਜਾ ਕੋਈ ਮੇਰਾ ਚਾਚਾ ਕੋਈ ਮੇਰਾ ਭਰਾ ਹੈ ਸਾਰੇ ਤੁਸੀਂ ਮਿਹਰਬਾਨੀ ਹੈ ਮੈਨੂੰ ਫੋਟੋ ਭੇਜਣ ਸਾਰੇ ਹੀ ਮੇਰਾ ਰੂਹ ਖੁਸ਼ ਹੋ ਜਾਵੇ ਚਾਚੇ ਤਾਂ ਮਰ ਗਏ ਚਾਚਾ ਵਲੀ ਮਰ ਗਿਆ ਦੂਆ ਵਲੀ ਮਰ ਗਿਆ ਚਾਚਾ ਜਾਨ ਵੀ ਮਰ ਗਿਆ ਇਹ ਤਿੰਨ ਚਾਰ ਮੇਰੇ ਚਾਚੇ ਸੀਗੇ ਇਹ ਵੱਡੇ ਸੀ ਇਹਨਾਂ ਦੀ ਔਲਾਦ ਗਾਂਹ ਇਹਨਾਂ ਦੇ ਮੁੰਡੇ ਆ ਉਹਨਾਂ ਦਾ ਸਾਨੂੰ ਨਾ ਇੱਕ ਬੋਰਡ ਦਾ ਨਾਂ ਜਾਣਦਾ ਇੱਕ ਮੇਹਰ ਦਾ ਨਾਂ ਜਾਣਦਾ ਦੋ ਆ ਉਹ ਮੇਹਰ ਵੀ ਇੱਥੇ ਆਇਆ ਸੀ ਬੋਰਡ ਵੀ ਆਇਆ ਸੀ ਤਾਂ ਮੈਂ ਨਾਂ ਜਾਣਦਾ ਨਹੀਂ ਮੈਨੂੰ ਨਾਵਾਂ ਦਾ ਨਹੀਂ ਪਤਾ ਮਿਹਰਬਾਨੀ ਆ ਇਹ ਫੋਟੋ ਵੀ ਭੇਜਣ ਅਤੇ ਨਾਂ ਵੀ ਲੈ ਕੇ ਭੇਜਣ ਦੱਸਣ ਵੀ ਅਸੀਂ ਫਲਾਣੇ ਫਲਾਣੇ ਦੇ ਮੁੰਡੇ ਆ ਹਾਂ ਬਾਕੀ ਜਿਹੜੇ ਪਿੰਡ ਵਿੱਚ ਪੁਰਾਣੀਆਂ ਜਗ੍ਹਾ ਵਗੈਰਾ ਵਾ ਜਿਹੜੀਆਂ ਪਿੰਡ ਦੇ ਵਿੱਚ ਸਮਾਲਸਰ ਦੇ ਵਿੱਚ ਪੁਰਾਣੀਆਂ ਜਗ੍ਹਾ ਪੁਰਾਣੀਆਂ ਉਹ ਮਸਜਿਦਾਂ ਜਿਹੜੀਆਂ ਹੈਗੀਆਂ ਆਪਣੀਆਂ ਉਹ ਵੀ ਦੱਸੋ ਵੀ ਹੈਗੀਆਂ ਕਿ ਢੈਗੀਆਂ ਖੂਹੀਆਂ ਖਾਈਆਂ ਅਤੇ ਜਿਹੜੀਆਂ ਖੂਹੀਆਂ ਖੂਹ ਸੀ ਪੁਰਾਣੇ ਪਿੰਡ ਦੇ ਵਿਚਾਲੇ ਖੂਹ ਸੀ ਇੱਥੋਂ ਸਾਰਾ ਪਿੰਡ ਭਰਦਾ ਸੀ ਪਾਣੀ ਉੱਥੋਂ ਵੀ ਦੱਸਣ ਉਹ ਵੀ ਹੈਗਾ ਕਿ ਢਹਿ ਗਿਆ ਫੋਟੋਆਂ ਘੱਲਣ ਅਤੇ ਫੋਟੋ ਬਣਾ ਕੇ ਘੱਲਣ ਇੱਕ ਖੂਹ ਦੇ ਕੋਲੇ ਕਾਰਾ ਸੀ ਸਿੱਖ ਕਾਰਾ ਉਹ ਜਿਹੜਾ ਕਾਰਾ ਸਿੱਖ ਸੀ ਨਾ ਵਾਢੀ ਵੀ ਖੇਡਦਾ ਸੀ ਉਹਦਾ ਕੋਲੇ ਘਰ ਸੀ ਖੂਹ ਇੱਕ ਪ੍ਰਤਾਪ ਸਿੰਘ ਸੀ ਉਹ ਸਾਡੇ ਘਰ ਦੇ ਕੋਲੇ ਉਹਦਾ ਖੂਹ ਲਾਇਆ ਹੋਇਆ ਸੀ ਚੰਗਾ ਬੰਦਾ ਸੀ ਅਤੇ ਉਹ ਵੀ ਸਾਨੂੰ ਭੇਜਿਆ ਵੀ ਉਹ ਖੂਹ ਹੈਗਾ ਕਿ ਨਹੀਂ ਬਾਕੀ ਪਹਿਲੇ ਨੂੰ ਕਬਰਾਂ ਹੈ ਉਹ ਕਬਰਾਂ ਢਹਿ ਢੂ ਗਈਆਂ ਕਿ ਹੈਗੀਆਂ ਨਹਿਰ ਦੇ ਨਾਲ ਸੀ ਕਬਰਸਤਾਨ ਸੀਗਾ ਹਾਂ ਅੱਛਾ ਆਪਣਾ ਸਾਰਾ ਮੁਸਲਮਾਨਾਂ ਦਾ ਉੱਥੇ ਕਬਰਸਤਾਨ ਦੇ ਫੋਟੋ ਫੋਟੋ ਘੱਲ ਲਿਓ ਥੋੜ੍ਹੇ ਜਿਹੜੇ ਜੇ ਹੈਗੇ ਆ ਤਾਂ ਜੇ ਨਹੀਂ ਹੈ ਤਾਂ ਸਰ ਗਿਆ ਬਾਕੀ ਦੋਸਤੋ ਆਹ ਸੀਗਾ ਅੱਜ ਦਾ ਵਲੋਗ ਬਜ਼ੁਰਗ ਆ ਜੋ ਕਿ ਤਕਰੀਬਨ ਹੁਣ 95-95 ਸਾਲ ਇਹਨਾਂ ਦੀ ਉਮਰ ਆ ਇਹ ਭਾਰਤ ਵਿੱਚੋਂ ਆਏ ਇਹਨਾਂ ਨੇ ਸਾਰੀ ਆਪਾਂ ਨੂੰ ਸਟੋਰੀ ਦੱਸੀ ਆ ਬਾਕੀ ਇਹਨਾਂ ਦੀ ਹੁਣ ਆਖਰੀ ਖੁਆਇਸ਼ ਇਹ ਆ ਕਿ ਜਿਹੜੇ ਲੋਕ ਹੈਗੇ ਆ ਇੰਡੀਆ ਵਿੱਚ ਇਹਨਾਂ ਨੂੰ ਇਹਨਾਂ ਦੀਆਂ ਘਰ ਦੀਆਂ ਫੋਟੋਆਂ ਘੱਲਣ ਪਿੰਡ ਪੁੰਡ ਵਿੱਚ ਪੁਰਾਣੀਆਂ ਜਗ੍ਹਾ ਦੀਆਂ ਬਾਕੀ ਜਿਹੜੇ ਇਹਨਾਂ ਦੇ ਲੁਹਾਰਾਂ ਨੇ ਮੁੰਡੇ ਮੰਡੇ ਆ ਉਹ ਆਪਣਾ ਨਾਮ ਵਗੈਰਾ ਲਿਖਣ ਅਤੇ ਬਾਕੀ ਤਸਵੀਰਾਂ ਤਸਵੀਰਾਂ ਆਪਣੀਆਂ ਘੱਲ ਕੇ ਇਹਨਾਂ ਨੂੰ ਦੱਸਣ ਤਾਂ ਕਿ ਇਹ ਇੱਕ ਵਾਰ ਦੇਖ ਕੇ ਦੇਖਣ ਅਤੇ ਖੁਸ਼ ਹੋ ਜਾਣ ਬਾਕੀ ਆਪਾਂ ਡਿਸਕ੍ਰਿਪਸ਼ਨ ਵਿੱਚ ਵਟਸਐਪ ਨੰਬਰ ਦੇ ਦਾਂਗੇ ਬਾਬਾ ਜੀ ਦੇ ਮੁੰਡਿਆਂ ਦਾ ਵੀ ਦੇ ਦਾਂਗੇ ਆਪਣਾ ਵੀ ਦੇ ਦਾਂਗੇ ਅਤੇ ਅਗਰ ਕੋਈ ਗੱਲਬਾਤ ਪੁੱਛਣੀ ਹੋਈ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹਾਂ ਅਤੇ ਅੱਜ ਲਈ ਇੰਨਾ ਹੀ ਉਮੀਦ ਆ ਕਿ ਤੁਹਾਨੂੰ ਮਤਲਬ ਕਿ ਵੀਡੀਓ ਵਗੈਰਾ ਚੰਗੀ ਲੱਗੀ ਹੋਊਗੀ ਬਾਬਾ ਜੀ ਦੀ ਤਰਫੋਂ ਸਾਰਿਆਂ ਨੂੰ ਸਲਾਮ ਅਤੇ ਅੱਜ ਲਈ ਇੰਨਾ ਹੀ ਅੱਲਾ